ਯੂਕਰੇਨੀ ਪਰਿ ਕਹਾਣੀ ਹੈ ਜੱਟ ਨੇ ਆਕੜਖਾਨ ਜ਼ਗੀਰਦਾਰ ਨਾਲ ਰੋਟੀ ਕਿਵੇਂ ਖਾਦੀ ਇੱਕ ਵਾਰੀ ਦੀ ਗੱਲ ਏ ਇੱਕ ਜ਼ਗੀਰਦਾਰ ਹੁੰਦਾ ਸੀ ਜਿਹੜਾ ਰਿਜ਼ਕਵਾਨ ਵੀ ਸੀ ਤੇ ਆਕੜਖਾਨ ਵਿੱਚ ਕੋਈ ਟਾਵਾ ਹੀ ਹੁੰਦਾ ਜਿਹਦੇ ਨਾਲ ਉਹ ਕੋਈ ਸਰੋਕਾਰ ਰੱਖਦਾ ਤੇ ਜਿੱਥੋਂ ਤੱਕ ਜੱਟਾਂ ਦਾ ਸਵਾਲ ਸੀ ਉਹਨਾਂ ਨੂੰ ਤੋਂ ਬੰਦਾ ਜਿਆਦਾ ਤੱਕ ਸਮਝਣ ਤੋਂ ਇਨਕਾਰੀ ਸੀ ਤੇ ਜੇ ਕੋਈ ਉਹਦੇ ਨੇੜੇ ਆਉਣ ਦੀ ਹਿੰਮਤ ਕਰਦਾ ਉਪਣੇ ਨੌਕਰਾਂ ਨੂੰ ਹੁਕਮ ਦਿੰਦਾ ਉਹਨੂੰ ਹਿੱਕ ਕੱਢਣ ਇੱਕ ਦਿਨ ਜੱਟ ਜੁੜ ਬੈਠੇ ਤੇ ਜ਼ਗੀਰਦਾਰ ਦੀਆਂ ਗੱਲਾਂ ਕਰਨ ਲੱਗ ਪਏ ਅੱਜ ਮੈਂ ਜ਼ਗੀਰਦਾਰ ਨੂੰ ਬੜਾ ਨੇੜੇੋਂ ਵੇਖਿਆ ਮੈਨੂੰ ਪਹਿਲੀ ਚ ਮਿਲ ਪਿਆ ਸੀ ਇੱਕ ਆਖਣ ਲੱਗਾ ਤੇ ਮੈਂ ਕੱਲ ਬਾੜ ਤੋਂ ਵੇਖਿਆ ਸੀ ਜ਼ਗੀਰਦਾਰ ਛਰੋਖੇ 'ਚ ਬੈਠਾ ਕਾਵਾ ਪੀ ਰਿਹਾ ਸੀ ਇੱਕ ਹੋਰ ਨੇ ਆਖਿਆ ਤੇ ਐਨ ਉਸੇ ਵੇਲੇ ਕੰਗਾਲਾਂ ਚੋਂ ਕੰਗਾਲ ਇੱਕ ਹੋਰ ਜੱਟਾ ਨਿਕਲਿਆ ਤੇ ਉਹਨਾਂ ਦੀਆਂ ਗੱਲਾਂ ਸੁਣ ਹੱਸਣ ਲੱਗ ਪਿਆ। ਥੂ ਕਿਹੜੀ ਮੱਲ ਮਾਰ ਲਈ ਜੀ? ਉਹਨੇ ਕਿਹਾ ਵਾਰਡ ਤੋਂ ਜ਼ਗੀਰਦਾਰ ਨੂੰ ਕੋਈ ਵੀ ਵੇਖ ਸਕਦਾ ਹੈ ਤੇ ਜੇ ਮੈਂ ਚਾਹਾਂ ਤੇ ਜ਼ਗੀਰਦਾਰ ਨਾਲ ਰੋਟੀ ਖਾ ਸਕਣਾ। ਕੀ ਕਹਿ ਰਿਹਾ? ਰੋਟੀ ਖਾਏ ਉਹਦੇ ਨਾਲ ਨਹੀਂ ਰੀਸਾਂ। ਪਹਿਲੇ ਦੋਵੇਂ ਜੱਟ ਹੱਸਣ ਲੱਗ ਪਏ। ਵੇਖੀ ਜਦੋਂ ਹੀ ਉਹਨੇ ਤੈਨੂੰ ਤੱਕਿਆ ਉਹਨੇ ਤੈਨੂੰ ਬਾਹਰ ਸੁੱਟਾ ਦੇਣਾ। ਤੈਨੂੰ ਹਵੇਲੀ ਦੇ ਨੇੜੇ ਨਹੀਂ ਲੱਗਣ ਦੇਣਾ ਉਹਨੂੰ ਤੇ ਦੋਵੇਂ ਜੱਟ ਤੀਜੇ ਨੂੰ ਟੀਚਰਾਂ ਕਰਨ ਤੇ ਗਾਲਾਂ ਕੱਢਣ ਲੱਗ ਪਏ ਝੂਠਾ ਏ ਤੇ ਗੱਪੀ ਏ ਕਿਸੇ ਥਾਂ ਦਾ ਉਹ ਚਿੱਲ ਕੇ ਮੈਂ ਨਹੀਂ ਆ ਚੰਗਾ ਜੇ ਤੂੰ ਜ਼ਗੀਰਦਾਰ ਨਾਲ ਰੋਟੀ ਖਾ ਲਏ ਤਾਂ ਸਾਡੇ ਤਿੰਨ ਬੋਰੀਆਂ ਕਣਕ ਤੇ ਦੋ ਢੱਗੇ ਢੱਗੇ ਮਤਲਬ ਬਲਦ ਦੇਣੇ ਬਣੇ ਪਰ ਜੇ ਤੂੰ ਨਾ ਖਾਧੀ ਤਾਂ ਜੋ ਤੈਨੂੰ ਕਰਨ ਨੂੰ ਕਹਾਂਗੇ ਕਰਨਾ ਪੈਗਾ ਠੀਕ ਜੱਟ ਨੇ ਜਵਾਬ ਦਿੱਤਾ ਉਹ ਜ਼ਗੀਰਦਾਰ ਦੇ ਆਹਾਤੇ ਚ ਆਵੜਿਆ ਤੇ ਜਦੋਂ ਜ਼ਗੀਰਦਾਰ ਦੇ ਨੌਕਰਾਂ ਦੀ ਨਜ਼ਰੀਂ ਪਿਆ ਉਹ ਛੇਤੀ ਨਾਲ ਹਵੇਲੀੋਂ ਬਾਹਰ ਆ ਗਏ ਤੇ ਉਹਨੂੰ ਬੰਨੇ ਹਿੱਕਣ ਲੱਗੇ ਮਤਲਬ ਇੱਕ ਪਾਸੇ ਲਜਾਣ ਲੱਗੇ ਠਹਿਰ ਜਾ ਜੱਟ ਨੇ ਆਖਿਆ ਮੈਂ ਮਲਕ ਹੋਰਾਂ ਲਈ ਸ਼ੁਭ ਖਬਰ ਲਿਆਇਆ ਕੀ ਏ ਖਬਰ ਉਹ ਮੈਂ ਦੱਸਾਂਗਾ ਤੇ ਸਿਰਫ ਮਲਕ ਹੋਰਾਂ ਨੂੰ ਹੀ ਦੱਸਾਂਗਾ ਤੇ ਜ਼ਗੀਰਦਾਰ ਦੇ ਨੌਕਰ ਜ਼ਗੀਰਦਾਰ ਕੋਲ ਗਏ ਤੇ ਉਹਨਾਂ ਨੂੰ ਦੱਸਿਆ ਵੀ ਜੱਟ ਨੇ ਕੀ ਆਖਿਆ ਸੀ ਜ਼ਗੀਰਦਾਰ ਨੂੰ ਖੁਦਕੁਤੀ ਲੱਗ ਗਈ ਇਸ ਲਈ ਕਿ ਜੱਟ ਕੁਝ ਮੰਗਣ ਨਹੀਂ ਸੀ ਆਇਆ ਸਗੋਂ ਖਬਰ ਦੇਣ ਆਇਆ ਸੀ ਸ਼ਾਇਦ ਕੋਈ ਇਹੋ ਜੀ ਚੀਜ਼ ਨਿਕਲ ਆਏ ਜਿਹੜੀ ਫਾਇਦੇ ਵਾਲੀ ਹੋਏ ਜੱਟ ਨੂੰ ਅੰਦਰ ਲੈ ਆਓ ਉਹਨੇ ਨੌਕਰਾਂ ਨੂੰ ਆਖਿਆ ਨੌਕਰ ਜੱਟ ਨੂੰ ਹਵੇਲੀ ਵਿੱਚ ਲੈ ਆਏ ਤੇ ਜ਼ਗੀਰਦਾਰ ਉਹਦੇ ਕੋਲ ਆਇਆ ਤੇ ਪੁੱਛਣ ਲੱਗਾ ਕੀ ਖਬਰ ਲਿਆਇਆ ਮਲਕ ਸਾਹਿਬ ਮੈਂ ਤੁਹਾਡੇ ਨਾਲ ਕੱਲਿਆਂ ਗੱਲ ਕਰਨੀ ਚਾਹਨਾ ਉਹਨੇ ਕਿਹਾ ਤੇ ਹੁਣ ਤੱਕ ਜ਼ਗੀਰਦਾਰ ਨੂੰ ਡਾਢੀ ਖੁਦਕੁਤੀ ਲੱਗ ਚੁੱਕੀ ਸੀ ਜੱਟ ਉਹਨੂੰ ਦੱਸ ਕੀ ਸਕਦਾ ਸੀ ਤੇ ਉਹਨੇ ਨੌਕਰਾਂ ਨੂੰ ਚਲੇ ਜਾਣ ਦਾ ਹੁਕਮ ਦਿੱਤਾ ਜਿਵੇਂ ਹੀ ਉਹ ਇਕੱਲੇ ਰਹਿ ਗਏ ਤੇਵੇਂ ਜੱਟ ਨੇ ਖੁਸਰ-ਪੁਸਰ ਕਰਦਿਆਂ ਕਿਹਾ ਦੱਸੋ ਕਾਪਲ ਮਿਹਰਬਾਨ ਮਲਕ ਸਾਹਿਬ ਸੋਨੇ ਦੇ ਘੋੜੇ ਦੇ ਸਿਰ ਜਿੱਡੇ ਉਹਦੇ ਡਲੇ ਦਾ ਕਿੰਨਾ ਕੋ ਮੁੱਲ ਹੋਏਗਾ ਇਹਦਾ ਕਿਉਂ ਪਤਾ ਕਰਨਾ ਚਾਹੁੰਨੇ ਜ਼ਗੀਰਦਾਰ ਨੇ ਪੁੱਛਿਆ ਹੈ ਕੋਈ ਵਜ੍ਹਾ ਜ਼ਗੀਰਦਾਰ ਦੀਆਂ ਅੱਖਾਂ 'ਚ ਚਮਕ ਆ ਗਈ ਤੇ ਉਹਦੇ ਹੱਥ ਕੰਬਣ ਲੱਗ ਪਏ ਜੱਟ ਨੇ ਸਵਾਲ ਮੇਰੇ ਤੋਂ ਐਵੇਂ ਹੀ ਨਹੀਂ ਪੁੱਛਿਆ ਉਹ ਦਿਲ 'ਚ ਸੋਚਣ ਲੱਗਾ ਜ਼ਰੂਰ ਕੋਈ ਖਜ਼ਾਨਾ ਲੱਭਿਆ ਹੋਣਾ ਸੋ ਤੇ ਉਹ ਜੱਟ ਤੋਂ ਜਵਾਬ ਕਢਾਉਣ ਦਾ ਯਤਨ ਕਰਨ ਲੱਗਾ ਦੱਸ ਖੱਪ ਲਿਆ ਲੋਕਾਂ ਇਹਦਾ ਪਤਾ ਕਿਉਂ ਕਰਨਾ ਚਾਹੁੰਨੇ ਉਹਨੇ ਫੇਰ ਕੁਝ ਜੱਟ ਨੇ ਹੌਕਾ ਭਰਦੇ ਅੱਖਿਆ ਠੀਕ ਏ ਜੀ ਮੈਨੂੰ ਨਹੀਂ ਦੱਸਣਾ ਚਾਹੁੰਦੇ ਨਾ ਦੱਸੋ ਤੇ ਹੁਣ ਮੈਂ ਚੱਲਣਾ ਮੇਰੀ ਰੋਟੀ ਮੈਨੋਂ ਡੀਕ ਰਹੀ ਏ ਜ਼ਗੀਰਦਾਰ ਨੂੰ ਆਪਣੀ ਆਕੜ ਖਾਨੀ ਭੁੱਲ ਗਏ ਲਾਲਚ ਨਾਲ ਉਹਨੂੰ ਜਿਵੇਂ ਕੰਬਣੀ ਛੜੀ ਹੋਈ ਸੀ ਜੱਟ ਨੂੰ ਮੈਂ ਫਸਾ ਲੜਾ ਉਹਨੇ ਦਿਲ 'ਚ ਸੋਚਿਆ ਤੇ ਸੋਨਾ ਲੈ ਲੈਣਾ ਇਹਦੇ ਕੋਲ ਤੇ ਜੱਟ ਨੂੰ ਆਖਣ ਲੱਗਾ ਗੱਲ ਸੁਣ ਭਲਿਆ ਲੋਕਾ ਘਰ ਜਾਣ ਦੀ ਕਾਲ ਕਿਉ ਪਈ ਹੋਈ ਏ ਜੇ ਭੁੱਖ ਲੱਗੀ ਏ ਆ ਜਾ ਰੋਟੀ ਮੇਰੇ ਨਾਲ ਖਾ ਲੈ ਨੌਕਰੋ ਚੱਕ ਰੋ ਆਓ ਛੇਤੀ ਕਰੋ ਤੇ ਮੇਜ਼ ਲਾ ਦਿਓ ਤੇ ਵੋਦਕਾ ਲਿਆਓ ਉਹਨਾਂ ਭੁੱਲਣਾ ਨੌਕਰ ਨੇ ਇੱਕ ਦਾਮੀ ਮੇਜ਼ ਲਾ ਦਿੱਤਾ ਵੋਦਕਾ ਤੇ ਠੰਡੇ ਪਕਵਾਨ ਪਰੋਸ ਦਿੱਤੇ ਤੇ ਜ਼ਗੀਰਦਾਰ ਨੂੰ ਖੁਸ਼ ਕਰਨ ਲੱਗਾ ਉਹਨੂੰ ਕਦੇ ਇੱਕ ਚੀਜ਼ ਪੇਸ਼ ਕਰਦਾ ਕਦੀ ਦੂਜੀ ਪੀ ਭल्या ਲੋਕਾਂ ਤੇ ਢਿੱਡ ਭਰ ਕੇ ਖਾ ਤਕਲਫ ਨਾ ਕਰੋ ਨੇ ਆਖਿਆ ਤੇ ਜੱਟ ਨੇ ਨਾ ਨਾ ਕੀਤੀ ਤੇ ਢਿੱਡ ਭਰ ਕੇ ਖਾਦਾ ਪੀਤਾ ਤੇ ਦਰਜਗੀਰਦਾਰ ਉਹਦੇ ਤੇ ਢੇਰ ਲਾੰਦਾ ਉਹਦੇ ਗਲਾਸ ਮੂੰਹ ਪਰ ਧਾਰਿਆ ਜਦੋਂ ਜੱਟ ਨੇ ਨਾ ਖਾ ਪੀ ਲਿਆ ਜੇ ਤੋ ਵੱਧ ਉਹ ਖਾ ਪੀ ਨਹੀਂ ਸਕਦਾ ਤੇ ਜ਼ਗੀਰਦਾਰ ਨੇ ਕਿਹਾ ਅੱਛਾ ਤੇ ਹੁਣ ਛੇਤੀ ਨਾਲ ਜਾ ਤੇ ਘੋੜੇ ਦੇ ਸਿਰ ਜੱਡਾ ਢ ਸੋਨੇ ਵਾਲਾ ਡੜਾ ਲਿਆ ਉਹਦਾ ਕੀ ਬਣਾਣਾ ਹੈ ਇਹਦਾ ਮੈਨੂੰ ਤੇਰੇ ਨਾਲੋਂ ਬਹੁਤਾ ਪਤਾ ਹੈ ਤੇ ਤੈਨੂੰ ਮੈਂ ਇੱਕ ਰੂਪ ਇੱਕ ਰੁਪਲ ਇਨਾਮ ਦੇਵਾਂਗਾ ਨਈ ਮਲਿਕ ਸਾਹਿਬ ਮੈਂ ਸੋਨਾ ਨਹੀਂ ਲਿਆ ਕੇ ਦੇਣ ਲੱਗਾ ਜੇ ਜੱਟ ਨੇ ਆਖਿਆ ਕਿਉਂ ਨਹੀਂ ਲਿਆ ਕੇ ਦੇਣ ਲੱਗਾ ਇਸ ਲਈ ਕਿ ਮੇਰੇ ਕੋਲ ਹੈ ਹੀ ਨਹੀਂ ਕੀ ਕਿਹਾਈ ਤਾਂ ਮੁਲਕੇ ਪੁੱਛਦਾ ਸੀ ਐਵੇਂ ਪਤਾ ਕਰਨ ਲਈ ਜ਼ਗੀਰਦਾਰ ਨੂੰ ਤਾਂ ਚੜ ਗਿਆ ਉਹਨੇ ਉਹਦਾ ਮੂੰਹ ਸੁਹਾ ਹੋ ਗਿਆ ਤੇ ਜ਼ਮੀਨ ਤੇ ਪੈਰ ਮਾਰਨ ਲੱਗਾ ਨਿਕਲ ਜਾ ਇੱਥੋਂ ਬੇਵਕੂਫਾ ਉਹ ਕੜ ਗਿਆ ਜੋ ਆਪ ਤੇ ਜੱਟ ਨੇ ਆਖਿਆ ਬਹੁਤ ਹੀ ਮਿਹਰਬਾਨ ਮਲਕ ਸਾਹਿਬ ਮੈਂ ਐਡਾ ਬੇਵਕੂਫ ਨਹੀਂ ਜਿਹੜਾ ਤੁਸੀਂ ਸਮਝਦੇ ਹੋ ਤੁਹਾਡੇ ਸਿਰੋਂ ਥੋੜੀ ਜੀ ਮੌਜ ਲੁੱਟ ਲਈਏ ਤੇ ਨਾਲ ਹੀ ਤਿੰਨ ਬੁਰੀਆਂ ਕਣਕ ਤੇ ਗੋਲ ਸਿੰਘਾਂ ਵਾਲੇ ਢੱਗਿਆਂ ਦੀ ਸ਼ਰਤ ਜਿੱਤ ਲਈਏ ਇਹ ਕੁਝ ਕਰਨ ਲਈ ਦਿਮਾਗ ਦੀ ਲੋੜ ਏ ਤੇ ਉਹ ਇਹ ਕਹਿ ਕੇ ਉਹ چلا ਗਿਆ ਅਗਲੀ ਕਹਾਣੀ ਬੇਲਰੂਸੀ پری ਕਹਾਣੀ ਹੈ ਜਾਦੂਦਾਰ ਚਿੰਤਾਰਾ ਇੱਕ ਵਾਰੀ ਦੀ ਗੱਲ ਹੈ ਇੱਕ ਮੁੰਡਾ ਹੁੰਦਾ ਸੀ ਉਸ ਨੂੰ ਬਾਲ ਬਰੇਸ ਤੋਂ ਹੀ ਬੰਸਰੀ ਵਜਾਉਣ ਲੱਗ ਪਿਆ ਢੱਗੇ ਚਾਰਦਿਆਂ ਉਹ ਕੋਈ 나ੜ ਤੋੜ ਲੈਂਦਾ ਉਹਦੀ ਬੰਸਰੀ ਬਣਾ ਲੈਂਦਾ ਤੇ ਵਜਾਉਣ ਲੱਗ ਪੈਂਦਾ ਤੇ ਢੱਗੇ ਘਾ ਨੂੰ ਮੂੰਹ ਮਾਰਨਾ ਬੰਦ ਕਰ ਦਿੰਦੇ ਆਪਣੇ ਕੰਨ ਖੜੇ ਕਰ ਲੈਂਦੇ ਤੇ ਸੁਣਨ ਲੱਗ ਪੈਂਦੇ ਉਹਨੂੰ ਸੁਣ ਕੇ ਜੰਗਲ ਦੇ ਪੰਛੀ ਚੁੱਪ ਹੋ ਜਾਂਦੇ ਦਲਦਲਾਂ ਦੇ ਡੱਡੂ ਤੱਕ ਵੀ ਟਰ ਟਰ ਬੰਦ ਕਰ ਦਿੰਦੇ ਉਹ ਰਾਤ ਨੂੰ ਘੋੜੇ ਚਰਾਉਣ ਨਿਕਲ ਜਾਂਦਾ ਤੇ ਚਰਾੰਦਾਂ 'ਚ ਰੌਣਕ ਲੱਗੀ ਤੇ ਮौज-ਮਾਣੀ ਜਾਰੀ ਹੁੰਦੀ। ਗੱਭਰੂ-ਮੁਟਿਆਰਾਂ ਗਾਉਂਦੇ, ਹੱਸਾ-ਮਖੌਲ ਕਰ ਰਹੇ ਹੁੰਦੇ। ਜਿਵੇਂ ਨੌਜਵਾਨਾਂ ਦਾ ਕਰਨਾ ਬਣਦਾ। ਰਾਤ ਚੰਗੀ, ਸੋਹਣੀ ਤੇ ਨਿੱਗੀ ਹੁੰਦੀ ਤੇ ਜ਼ਮੀਨ ਤੋਂ ਹਵਾੜ ਉੱਠ ਰਹੀ ਹੁੰਦੀ। ਤੇ ਮੁੰਡਾ ਉੱਠ ਖਲੋਂਦਾ ਤੇ ਆਪਣੀ ਪੰਸਰੀ ਵਜਾਉਣ ਲੱਗ ਪੈਂਦਾ ਤੇ ਸਾਰੇ ਗੱਭਰੂ-ਮੁਟਿਆਰਾਂ ਇੱਕਦਮ ਅਡੋਲ ਹੋ ਜਾਂਦੇ ਤੇ ਹਰ ਕਿਸੇ ਨੂੰ ਇੰਜ ਲੱਗਦਾ ਜਿਵੇਂ ਤਾਰ ਆਟਾਂ ਫਾਰੇ ਦੇਲ ਉੱਤੇ ਕੋਈ ਫਾਹਾ ਰੱਖ ਦਿੱਤਾ ਗਿਆ ਹੋਵੇ ਤੇ ਜਿਵੇਂ ਕੋਈ ਅਣਪਛਾਤੀ ਤਾਕਤ ਉਹਨੂੰ ਉੱਪਰ ਚੁੱਕ ਡੂੰਗੇ ਨੀਲੇ ਅਸਮਾਨ 'ਚ ਡਲਕਦੇ ਤਾਰਿਆਂ ਕੋਲ ਪਹੁੰਚਾ ਰਹੀ ਹੋਵੇ ਰਾਤ ਦੇ ਵਾਗੀ ਅਹਿਲ ਹੋ ਬੈਠ ਜਾਂਦੇ ਉਹਨਾਂ ਨੂੰ ਆਪਣੀ ਪੀੜ ਕਰ ਰਹੇ ਥੱਕੇ ਹੋਏ ਅੰਗਾਂ ਦਾ ਤੇ ਭੁੱਖੇ ਢਿੱਡਾਂ ਦਾ ਧਿਆਨ ਨਾ ਰਹਿੰਦਾ ਉੱਥੇ ਬੈਠੇ ਰਹਿੰਦੇ ਸੁਣੀ ਜਾਂਦੇ ਤੇ ਹਰ ਕੋਈ ਇੰਜ ਮਹਿਸੂਸ ਕਰਦਾ ਜਿਵੇਂ ਆਪਣੀ ਪੂਰੀ ਜ਼ਿੰਦਗੀ ਉੱਥੇ ਬੈਠ ਤੇ ਮਨ ਮੋਹ ਲੈਣਦੇ ਨਗਮੇ ਨੂੰ ਸੁਣ ਤੇ ਲੰਘਾ ਸਕਦਾ ਹੋਵੇ। ਸੰਗੀਤ ਬੰਦ ਹੋ ਜਾਂਦਾ ਪਰ ਕਿਸੇ ਨੂੰ ਵੀ ਆਪਣੀ ਥਾਂ ਤੋਂ ਹਿੱਲਣ ਦੀ ਹਿੰਮਤ ਨਾ ਹੁੰਦੀ। ਮਤੇ ਉਸ ਜਾਦੂਪਰੀ ਆਵਾਜ਼ ਨੂੰ ਡਰਾ ਨਾ ਦੇਵੇ ਜਿਹੜੀ ਝੁੰਡਾਂ ਤੇ ਜੰਗਲਾਂ ਵਿੱਚੋਂ ਤੇ ਦੂਰ ਅਸਮਾਨਾਂ ਵਿੱਚੋਂ ਬੁਲਬੁਲ ਵਾਂਗ ਗਾਉਣ ਦੀ ਬਾਛੜ ਕਰ ਜਾਂਦੀ ਸੀ। ਬੰਸਰੀ ਫੇਰ ਵੱਜ ਪੈਂਦੀ। ਇਸ ਵਾਰ ਕੋਈ ਗਮ ਵਾਲੀ ਤਰਜ਼ ਹੁੰਦੀ ਤੇ ਹਰ ਕਿਸੇ ਉੱਤੇ ਉਦਾਸੀ ਤੇ ਦਿਲਗੀਰੀ ਛਾ ਜਾਂਦੀ। ਚੇ ਰੱਕੇ ਰਤੀ ਮਾਲਕ ਦੀਆਂ ਪੈਲੀਆਂ ਤੋਂ ਮੁੜਦੇ ਆਂ ਕਿਸਾਨ ਮਰਦ ਤੀਵੀਆਂ اٹਕ ਜਾਂਦੇ ਤੇ ਆਵਾਜ਼ ਦੇ ਕੰਨੀਆਂ ਪੈਣ ਉਤੇ ਸੁਣਨ ਲੱਗਦੇ ਤੇ ਸੁਣ ਸੁਣੋ ਕਦੀ ਰੱਜਦੇ ਨਾ ਲੱਗਦੇ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੀ ਜ਼ਿੰਦਗੀ ਆਖਲ ਹੁੰਦੀ ਉਹਨਾਂ ਦੀ ਗਰੀਬੀ ਤੇ ਦੁੱਖ ਪੀੜ ਨਿਰਦਈ ਜ਼ਗੀਰਦਾਰ ਮਨਸਫ ਤੇ ਮਹਤਮਮ ਤੇ ਉਹਨਾਂ ਦੇ ਦਿਲ ਇੰਜ ਭਾਰੇ ਹੋ ਜਾਂਦੇ ਕਿ ਉਹਨਾਂ ਦਾ ਜੀ ਕਰਦਾ ਉਹ ਆਪਣੀ ਉਦਾਸੀ ਨੂੰ ਉੱਚੀ ਉੱਚੀ ਰੋ ਕੇ ਪ੍ਰਗਟ ਕਰਨ ਜਿਵੇਂ ਉਹਨਾਂ ਕਿਸੇ ਪਿਆਰੀ ਵਿਛੜ ਗਈ ਆਤਮਾ ਲਈ ਕਰਨਾ ਸੀ ਜਾਂ ਲਾਮਾ ਨੂੰ ਭੇਜ ਦਿੱਤੇ ਗਏ ਪੁੱਤਰਾਂ ਲਈ ਪਰ ਉਦਾਸੀ ਵਾਲੀ ਤਰਜ਼ ਖੁਸ਼ੀ ਵਾਲੀ ਤਰਜ਼ 'ਚ ਬਦਲ ਜਾਂਦੀ ਤੇ ਸੁਣਨ ਵਾਲੇ ਆਪਣੀਆਂ ਦਾਤਰੀਆਂ ਖੁਰਪੇ ਤਰਾੰਗਲ ਸੁੱਟ ਦਿੰਦੇ ਤੇ ਟਾਕੇ ਹੱਥ ਰੱਖ ਨੱਚਣ ਲੱਗ ਪੈਂਦੇ ਮਰਦ ਤੇ ਥੀਵੀਆਂ ਘੋੜੇ ਰੁੱਖ ਅਸਮਾਨ ਤੇ ਤਾਰੇ ਤੇ ਬੱਦਲ ਨੱਚਣ ਲੱਗ ਪੈਂਦੇ ਸਾਰੀ ਦੁਨੀਆ ਨੱਚਣ ਤੇ ਖੁਸ਼ੀ ਮਨਾਉਣ ਲੱਗ ਪੈਂਦੀ ਬੰਸੀ ਵਾਲੇ ਦੀ ਜਾਦੂਪਰੀ ਸ਼ਕਤੀ ਇੰਜੋੜਕਾਂ ਦੀ ਸੀ ਕਿ ਉਹ ਦਿਲ ਦਾ ਜੋ ਵੀ ਚਾਹੀ ਹਾਲ ਕਰ ਸਕਦਾ ਸੀ ਮਨਸੀ ਵਾਲਾ ਜਦੋਂ ਵੱਡਾ ਹੋ ਗਿਆ ਉਹਨੇ ਇੱਕ ਚਿੰਤਾਰਾ ਬਣਾ ਲਿਆ ਤੇ ਉਹਨੂੰ ਲੈ ਦੇਸ਼ ਚ ਘੁੰਮਣ ਲੱਗਾ ਉਹ ਜਿੱਥੇ ਕਿਤੇ ਜਾਂਦਾ ਆਪਣਾ ਚਿੰਤਾਰਾ ਵ ਜਾਂਦਾ ਉਹਨੂੰ ਇੰਜ ਖਵਾਇਆ ਪਿਆ ਜਾਂਦਾ ਉਹਦੇ ਨਾਲ ਇੰਜ ਪੇਸ਼ ਆਇਆ ਜਾਂਦਾ ਜਿਵੇਂ ਕੋਈ ਚੇਰੂ ਦੇਖਿਆ ਪੁਰਾਣਾ ਹੋਵੇ ਤੇ ਜਦੋਂ ਆਪਣੇ ਰਾਹੇ ਪੈਂਦਾ ਚੰਗੀਆਂ ਚੰਗੀਆਂ ਚੀਜ਼ਾਂ ਨਾਲ ਉਹਨੂੰ ਲੱਦ ਦਿੱਤਾ ਜਾਂਦਾ ਕਿੰਨੇ ਲੰਮੇ ਦਿਨ ਚਿੰਤਾਰੇ ਵਾਲਾ ਦੇਸ਼ ਚ ਘੁੰਮਦਾ ਰਿਹਾ ਚੰਗੇ ਲੋਕਾਂ ਲਈ ਖੁਸ਼ੀ ਦਾ ਸੁਨੇਹਾ ਸੀ ਜ਼ਾਲਮ ਜ਼ਗੀਰਦਾਰਾਂ ਲਈ ਵਕਤਾਂ ਦਾ ਮਾਲਕ ਦੀਆਂ ਅੱਖਾਂ 'ਚ ਤਾਂ ਉਹ ਕੰਡਾ ਬਣ ਕੇ ਚੁੱਧਦਾ ਸੀ ਇਸ ਲਈ ਕਿ ਜਿੱਥੇ ਕਿਤੇ ਵੀ ਉਹ ਆ ਨਿਕਲਦਾ ਗੁਲਾਮ ਆਪਣੇ ਮਾਲਕਾਂ ਦੀ ਆਗਿਆ ਪਾਲਣ ਤੋਂ ਇਨਕਾਰ ਕਰ ਦਿੰਦੇ ਤੇ ਉਹਨਾਂ ਦਾ ਰਾਹ ਇੰਜ ਰੋਕ ਲੈਂਦਾ ਜਿਵੇਂ ਹੱਡੀ ਸੰਗ ਨੂੰ ਤੇ ਮਾਲਕਾਂ ਨੇ ਉਹਨੂੰ ਖਤਮ ਕਰਨ ਦੀ ਧਾਰ ਲਈ ਉਹਨਾਂ ਇੱਕ ਤੇ ਫਿਰ ਇੱਕ ਹੋਰ ਬੰਦਾ ਚਿੰਤਾਰੇ ਵਾਲੇ ਨੂੰ ਡੋਬਣ ਜਾਂ ਮਾਰਨ ਲਈ ਕੱਲਣਾ ਚਾਹਿਆ ਪਰ ਜਾਣ ਨੂੰ ਕੋਈ ਵੀ ਤਿਆਰ ਨਹੀਂ ਸੀ ਇਸ ਲਈ ਕਿ ਲੋਕ ਚਿੰਤਾਰੇ ਵਾਲੇ ਨੂੰ ਪਿਆਰਦੇ ਸੀ ਮਹਤਮਾ ਮਾਮੂ ਨੂੰ ਜਾਦੂਗਰ ਸਮਝਦੇ ਸੀ ਤੇ ਡਰਦੇ ਸੀ ਤਾਂ ਫਿਰ ਮਾਲਕਾ ਨੇ ਪਤਾਲ ਤੋਂ ਦੈਨਤ ਬੁਲਾਏ ਰਲ ਕੇ ਉਹਦੇ ਖਿਲਾਫ ਸਾਜ਼ਿਸ਼ ਘੜਨ ਲੱਗੇ ਇਸ ਲਈ ਕਿ ਕਿਸੇ ਤੋਂ ਵੀ ਗੁਝਾ ਨਹੀਂ ਮਾਲਕ ਤੇ ਦੈਨਤ ਕੋਈ ਮਿੱਟੀ ਦੇ ਬਣੇ ਹੋਏ ਸਨ ਇੱਕ ਦਿਨ ਜਦੋਂ ਚਿੰਤਾਰੇ ਵਾਲਾ ਜੰਗਲ ਚੋਂ ਲੰਘ ਰਿਹਾ ਸੀ ਦੈਨਤਾ ਨੇ 12 ਭੁੱਖੇ ਬਗਿਆੜ ਉਹਦੇ ਵੱਲ ਕਾਲ ਦਿੱਤੇ ਬਗਿਆੜ ਚਿੰਤਾਰੇ ਵਾਲੇ ਦੇ ਰਾਜ ਖੜੇ ਸਨ ਦੰਦ ਕਰੀਚ ਰਹੇ ਸਨ ਤੇ ਉਹਨਾਂ ਦੀਆਂ ਅੱਖਾਂ 11 ਵਾਂਗ ਦਗ ਰਹੀਆਂ ਸਨ ਤੇ ਚਿੰਤਾਰੇ ਵਾਲੇ ਦੇ ਹੱਥ ਬਿਨਾ ਉਸ ਝੋਲੇ ਤੋਂ ਜਿਸ ਵਿੱਚੋਂ ਦਾ ਚਿੰਤਾਰਾ ਸੀ ਕੋਈ ਹਥਿਆਰ ਨਹੀਂ ਸੀ ਆਖਰੀ ਵੇਲਾ ਆ ਗਿਆ ਮੇਰਾ ਉਹਨੇ ਸੋਚਿਆ ਤਾਂ ਉਹਨੇ ਝੋਲੇ ਵਿੱਚੋਂ ਚਿੰਤਾਰਾ ਕੱਢਿਆ ਉਹ ਮਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਸੰਗੀਤ ਰਚਣਾ ਚਾਹੁੰਦਾ ਸੀ ਉਹਨੇ ਇੱਕ ਦਰਖਤ ਨਾਲ ਢਾਸਣਾ ਲਾ ਲਿਆ ਤਾਰਾਂ ਉੱਤੇ ਗਾਜ਼ ਫੇਰਿਆ ਚਿੰਤਾ ਰਾਂਝੂ ਬੋਲਿਆ ਜਿਵੇਂ ਕੋਈ ਜਿਉਂਦੀ ਜਾਗਦੀ ਚੀਜ਼ ਹੋਵੇ ਤੇ ਜੰਗਲ ਚ ਸੰਗੀਤ ਦੀਆਂ ਟੁਣਕਾਰਾਂ ਗੂੰਜ ਉਠੀਆਂ ਇੱਕਦਮ ਇਹ ਝਾੜੀਆਂ ਤੇ ਜੰਗਲ ਅਹਲ ਹੋ ਗਏ ਇੱਕ ਵੀ ਪੱਤਾ ਨਹੀਂ ਸੀ ਸਰਗਰਿਆ ਬਗਿਆੜੇ ਨੇ ਜੁੱਥੇ ਦੇ ਉੱਥੇ ਖੜੇ ਰਹਿ ਗਏ ਜਿਵੇਂ ਜੰਮ ਗਏ ਹੋਣ ਉਹਨਾਂ ਦੇ ਜਬਾੜੇ ਖੁੱਲੇ ਸੀ ਤੇ ਭੁੱਖ ਦਾ ਧਿਆਨ ਨਹੀਂ ਸੀ ਰਿਆ ਤੇ ਡੁੱਬ ਕੇ ਸੁਣ ਰਹੇ ਸਨ ਤੇ ਜਦੋਂ ਸੰਗੀਤ ਬੰਦ ਹੋਇਆ ਬਗਿਆੜ ਮਾਨੋ ਸੁਪਨੇ ਚ ਜੰਗਲ ਦੇ ਅੰਦਰ ਵੱਲ ਚਲੇ ਗਏ ਚਿੰਤਾਰੇ ਵੜਾ ਟੁਰਦਾ ਗਿਆ ਜੰਗਲ ਤੋਂ ਪਾਰ ਸੂਰਜ ਡੁੱਬ ਰਿਹਾ ਸੀ ਉਹਦੀਆਂ ਸੁਨਹਿਰੀ ਕਿਰਨਾਂ ਦਰਖਤਾਂ ਦੀਆਂ ਟੀਸੀਆਂ ਤੇ ਛਿਲ ਮਿਲਾ ਰਹੀਆਂ ਸਨ ਇੰਜ ਚੁੱਪਚਾ ਹੋਈ ਪਈ ਸੀ ਕਿ ਕਿਸੇ ਆਵਾਜ਼ ਦਾ ਸਾਹ ਤੱਕ ਵੀ ਨਹੀਂ ਸੀ ਸੁਣ ਰਿਆ ਚਿੰਤਾਰੇ ਵੜਾ ਦਰਿਆ ਦੇ ਕੰਢੇ ਤੇ ਬੈਠ ਗਿਆ ਆਪਣਾ ਚਿੰਤਾਰਾ ਵਜਾਉਣ ਲੱਗ ਪਿਆ ਉਹਨੇ ਇੰਨਾ ਸੋਨਾ ਵਜਾਇਆ ਕਿ ਧਰਤੀ ਤੇ ਅਸਮਾਨ ਨੇ ਕੰਨ ਲਾ ਲਏ ਉਹਨੂੰ ਸਦਾ ਸੁਣੇ ਜਾਣ ਲਈ ਤਿਆਰ ਲੱਗਦੇ ਸੀ ਫਿਰ ਉਹਨੇ ਇੱਕ ਰੌਣਕੀ ਪੋਲਕਾ ਸ਼ੁਰੂ ਕੀਤਾ ਉਹਦੇ ਆਲੇ ਦੁਆਲੇ ਦੀ ਹਰ ਚੀਜ਼ ਨੱਚਣ ਲੱਗ ਪਈ ਤਾਰੇ ਇੰਜ ਘੁਮਟਣੀਆਂ ਤੇ ਵਲ ਖਾਣ ਲੱਗ ਪਏ ਜਿਵੇਂ ਸਿਆਲਾਂ ਚ ਝੱਖੜ ਦੀ ਬਰਫ਼ ਖਾਂਦੀ ਏ ਬੱਦਲ ਅਸਮਾਨ ਚ ਤਾਰੀਆਂ ਲਾਉਣ ਲੱਗ ਪਏ ਤੇ ਮੱਛੀਆਂ ਇੰਜ ਪੁੜਕਣ ਤੇ ਪਾਣੀ ਨਾਲ ਟਪ ਟਪ ਵੱਜਣ ਲੱਗੀਆਂ ਕਿ ਦਰਿਆ ਉਬਲਦੇ ਪਾਣੀ ਵਾਂਗ ਖੌਲਣ ਲੱਗ ਪਿਆ ਇੱਥੋਂ ਤੱਕ ਕਿ ਪਾਣੀ ਦੇ ਦਿਆਂ ਦਾ ਰਾਜਾ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਉਹ ਵੀ ਨੱਚਣ ਲੱਗ ਪਿਆ ਤੇ ਉਹਨੇ ਇੰਜ ਲੁੱਡੀ ਪਾਈ ਕਿ ਦਰਿਆ ਦਾ ਪਾਣੀ ਕੰਢਿਓ ਬਾਹਰ ਵਹਿ ਤੋ ਨਿਕਲਿਆ। ਦੈਂਤ ਡਰ ਗਏ ਤੇ ਆਪਣੇ ਛਪੜਾਂ ਚੋਂ ਭੱਜ ਨਿਕਲੇ। ਪਰ ਭਾਵੇਂ ਰੋਹ ਨਾਲ ਦੰਦ ਕਰੀਚਦੇ ਰਹੇ ਉਹ ਚਿੰਤਾਰੇ ਵਾਲੇ ਦਾ ਕੁਝ ਵੀ ਨਹੀਂ ਸੀ ਵਿਗਾੜ ਸਕਦੇ। ਤੇ ਚਿੰਤਾਰੇ ਵਾਲੇ ਨੇ ਜਦੋਂ ਤੱਕਿਆ ਕਿ ਪਾਣੀ ਦੇ ਦਿਆਂ ਦਾ ਰਾਜਾ ਲੋਕਾਂ ਦੀਆਂ ਪਹਿਲੀਆਂ ਤੇ ਬਾਗਾਂ 'ਚ ਹੜ ਲਿਆ ਰਿਹਾ ਹੈ, ਉਹਨੇ ਚਿੰਤਾਰਾ ਭਜਾਉਣਾ ਬੰਦ ਕਰ ਦਿੱਤਾ। ਚਿੰਤਾਰੇ ਨੂੰ ਝੋਲੇ 'ਚ ਪਾ ਲਿਆ ਤੇ ਆਪਣੇ ਰਾਹੇ ਪੈ ਗਿਆ। ਟਰਦਾ ਗਿਆ ਟਰਦਾ ਗਿਆ ਚਾਂਦ ਚੱਕੀ ਦੋ ਜਵਾਨ ਮਲਕ ਭੱਜੇ ਭੱਜੇ ਉਹਦੇ ਕੋਲ ਆਏ ਅੱਜ ਰਾਤੀ ਸਾਡੇ ਨਾਚੇ ਉਹਨੇ ਆਖਿਆ ਚਿੰਤਾਰੇ ਵਾਲਿਆ ਆ ਸਾਡੇ ਲਈ ਸੰਗੀਤ ਵਜਾ ਅਸੀਂ ਤੁਹਾਨੂੰ ਚੰਗੇ ਪੈਸੇ ਦੇਾਂਗੇ ਚਿੰਤਾਰੇ ਵਾਲੇ ਨੇ ਸੋਚਿਆ ਉਹ ਕਰੇ ਤਾਂ ਕੀ ਕਰੇ ਰਾਤ ਹਨੇਰੀ ਸੀ ਤੇ ਉਹਦੇ ਕੋਲ ਸੌਣ ਨੂੰ ਕੋਈ ਥਾਂ ਨਹੀਂ ਸੀ ਤੇ ਨਾ ਹੀ ਕੋਲ ਪੈਸੇ ਸੀ ਠੀਕ ਹੈ ਉਹਨੇ ਆਖਿਆ ਮੈਂ ਤੁਹਾਡੇ ਲਈ ਵਜਾ ਦੇਾਂਗਾ ਸੰਗੀਤ ਨੌਜਵਾਨ ਮਲਕ ਚਿੰਤਾਰੇ ਵਾਲੇ ਨੂੰ ਇੱਕ ਮਹਿਲ ਚ ਲੈ ਆਏ ਇਥੇ ਇੰਨੇ ਨੌਜਵਾਨ ਮਲਕ ਤੇ ਮਲਕਣੀਆਂ ਸੰਕੇ ਗਿਣੀਆਂ ਹੀ ਨਹੀਂ ਸਜਾ ਸਕੀਆਂ ਤੇ ਉੱਥੋਂ ਮੇਜ਼ ਉੱਤੇ ਇੱਕ ਵੱਡਾ ਸਾਰਾ ਪਿਆਲਾ ਰੱਖਿਆ ਸੀ ਸਾਰੇ ਨੌਜਵਾਨ ਮਲਕ ਤੇ ਮਲਕਣੀਆਂ ਵਾਰੋ-ਵਾਰੀ ਉਹਦੇ ਵੱਲ ਭੱਜੇ ਜਾ ਰਹੇ ਸੀ ਵਾਰੋ-ਵਾਰੀ ਉਂਗਲ ਪਿਆਲੇ 'ਚ ਪਾਉਂਦੇ ਤੇ ਫਿਰ ਉਹਨੂੰ ਅੱਖਾਂ ਤੇ ਫੇਰਦੇ ਚੰਤਾਰੇ ਵਾਲਾ ਵੀ ਪਿਆਲੇ ਕੋਲ ਗਿਆ ਉਹਨੇ ਉਂਗਲ ਡੋਪੀ ਆਪਣੀਆਂ ਅੱਖਾਂ ਤੇ ਫੇਰੀ ਜਿਵੇਂ ਉਹਨੇ ਇੰਜ ਕੀਤਾ ਉਹਨੂੰ ਦਿਸ ਪਿਆ ਕਿ ਉੱਥੇ ਮਹਿਲ ਕੋਈ ਨਹੀਂ ਸੀ ਸਗੋਂ ਪਤਾਲ ਸੀ ਤੇ ਮਲਕ ਮਲਕਾਨੀਆਂ ਕੋਈ ਨਹੀਂ ਸਗੋ ਦੈਂਤ ਤੇ ਦਨ ਤਾਣੀਆਂ ਸ ਅੱਛਾ ਤੇ ਨਾਚ ਇਸ ਕਿਸਮ ਦਾ ਹੈ ਚਿੰਤਾਰੇ ਵਾਲੇ ਨੇ ਦਿਲ ਚ ਸੋਚਿਆ ਠਹਿਰ ਜਾਓ ਸੰਗੀਤ ਵੀ ਮੈਂ ਤੁਹਾਨੂੰ ਚੰਗਾ ਸੁਣਾਣਾ ਤੇ ਉਹਨੇ ਚਿੰਤਾਰਾ ਸੁਰ ਕੀਤਾ ਤੇ ਉਹਦਾ ਗੱਜ਼ ਸਾਜ਼ ਦੀਆਂ ਜਿਉਂ ਦੀਆਂ ਤਾਰਾਂ ਤੇ ਫਿਰਿਆ ਤੇ ਉਹਦੇ ਚੋਂ ਗਿਰਦੇ ਦਾ ਸਾਰਾ ਕੁਝ ਢੇਰੀ ਹੋ ਗਿਆ ਤੇ ਦੈਂਤ ਤੇ ਦਨ ਤਾਣੀਆਂ ਉੱਡ-ਪੁੱਡ ਗਏ ਤੇ ਫਿਰ ਕਦੀ ਵੀ ਨਾ ਦਿਸੇ ਧੰਨ